50,000 ਹੋਰ ਦੱਸ ਉਹ ਦੋ ਬੱਕਰੀਆਂ ਇਹ ਆਪਣੇ ਠੇਕੇਦਾਰ ਨੇ ਇਥੋਂ ਦੇ ਆ ਲਿਆ ਨਾ ਗੱਲ ਵੀਡੀਓ ਦਾ ਬਣਾ ਲਈ ਯਾਰ ਕਿਤੇ ਫੱਕ ਕਰਾ ਦੇ 22 ਬੱਕਰੀਆਂ ਵਾਲਾ ਬਣਾਵੇ ਹੁਣ ਆਪਾਂ ਓ ਨਾ ਬਾਈ ਆ ਡੱਬੀਆਂ ਸ਼ੇਰੇ ਕੱਢ ਲਿਆ ਬੱਕਰੀ ਆਪਣੀ ਮੇਲਾ ਕਰਨ ਦਾ ਗਾ ਓ ਬੱਲੂ ਗੱਲ ਸੁਣ ਇੱਕ ਦਿਨ ਨਿਮਾ ਜੀ ਮਾਇਕ ਸਰ ਕਹਿੰਦਾ ਹੁੰਦਾ ਹੈਗਾ ਕੋਈ ਤੁਹਾਨੂੰ ਪਤਾ ਮੇਰਾ ਦੂਜਾ ਵੀ ਕੰਮ ਗਾਈਆਂ ਮੱਝਾਂ ਦਾ ਤੇ ਜੇ ਮਤਲਬ ਸਾਰੇ ਵਪਾਰ ਦੇ ਵਿੱਚੋਂ ਵਾਧਾ ਹੀ ਹੋਣ ਲੱਗ ਜੇ ਤਾਂ ਸੋਨੇ ਦੀਆਂ ਕੰਧਾਂ ਗੱਡੀਆਂ ਆਉਣਗੀਆਂ ਇਹ ਕਈਆਂ ਨੇ 5-5 ਸ਼ੀਸ਼ੀ ਕਿੱਲਾਂ ਦੇ ਮੁੱਠੇ ਲਾਏ ਹੋਏ ਆ ਵਪਾਰ ਚੋਂ ਇੱਕ ਉਹ ਆ ਗਈ ਅੱਛਾ ਤੇ ਇਹਦੇ ਮਗਰ ਦੋ ਬੱਚੇ ਨੇ ਉਹ 3.5 ਮਹੀਨੇ ਤੋਂ ਉੱਪਰ ਗੱਪਣਾ ਇਹਦੇ ਮਗਰ ਕਿੰਨੇ ਨੇ ਦੋ ਇਹਦੇ ਮਗਰ ਇਹ ਤਾਂ ਗੱਪਣਾ ਇਹ ਤਾਂ ਗੱਪਣਾ ਇਹ ਸੂਣ ਨੂੰ ਤਿਆਰ ਆ ਮਹੀਨੇ ਚ 1.5 ਮਹੀਨਾ ਲੱਗੂ ਜੀ 1.5 ਮਹੀਨਾ 1.5 ਮਹੀਨਾ ਲੱਜੂ ਆ ਬੱਚੇ ਨੇ ਤੇ ਹਾਂ ਜੀ ਆ 8 ਬੱਕਰਾ ਆ 8 ਬੱਕਰਾ ਇਹਦੇ ਅੰਦਰ ਆ ਇਹਦੇ ਬਾਹਰ ਆ ਹੈ ਬਸ ਗੱਲ ਸਿੱਧੀ ਆ ਹੋ ਗਿਆ ਠੀਕ ਆ ਨਾ ਹਾਂ ਲੈ ਦੱਸ ਪਰ ਬੱਲੂ ਕੀ ਕਹਿੰਦਾ ਦੱਸ ਮੈਂ ਕੀ ਦੱਸਾਂ ਲੈ ਦੱਸ ਜਿਵੇਂ ਮੈਂ ਜਾ ਨਿਮਾ ਖੜਾ ਯਾਰ ਉਹ ਯਾਰ ਕਾਣ ਗੱਚਾ ਆ ਨਿਮਾ ਖੜਾ ਜਿਵੇਂ ਮੇਰੇ ਭਾਈ ਨੇ ਮੇਰੇ ਤੋਂ ਮਦਦ ਖਿਲੇ 55,000 ਦੀਆਂ ਤੇ ਚਾਚਾ ਤੈਨੂੰ ਹੁਣ ਬਸ ਮੈਂ ਹੁਣ ਅੱਜ ਤਾਂ ਪੁੱਛਿਆ ਵੀ ਨਹੀਂ ਬਾਈ ਨਹੀਂ ਪੁੱਛ ਮੈਂ ਨਿੰਮਾ ਖੜ ਲੈ ਭਾਈ ਤੂੰ ਦੇ ਦੇ ਚਾ ਮੈਂ ਕਹਾਂ ਫ੍ਰੀ ਦੇ ਜਾ ਫੜ ਲੈ ਨਹੀਂ ਫ੍ਰੀ ਤਾਂ ਨਾ ਤੂੰ ਮੈਂ ਫ੍ਰੀ ਤਾਂ ਲੈਂਦਾ ਵੀ ਨਹੀਂ ਕੋਈ ਤੇ ਦਿੰਦਾ ਨਹੀਂ ਮੈਂ ਤੈਨੂੰ ਦੱਸ ਦਿੱਤਾ ਅਸੀਂ ਮੰਗਦੇ ਆ ਫ੍ਰੀ ਨੂੰ ਲੈ ਮੈਂ ਕੀ ਮੰਗਦੇ ਗਿਆ ਦੱਸ ਫਿਰ ਦੱਸ ਲੈ ਜਾ ਫਿਰ ਮੈਂ ਕਿਹੜਾ ਤੈਨੂੰ ਕਹਿਣਾ ਬੋਲਦੇ ਯਾਰ ਚੱਲ ਦੱਸ ਦੱਸ ਖਾਸ ਬੰਦੇ ਆ ਬਾਈ ਦੇ ਆਏ ਨਹੀਂ ਠੀਕ ਹੁਣ ਮੈਂ ਕੀ ਦੱਸਾਂ ਹੁਣ ਤੇ ਤਾਂ ਫਿਰ ਉਹ ਕਰਨ ਲੱਗ ਦੱਸ 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 ਮੈਂ ਦੱਸੀ ਦਾ ਬੈਠਾ ਹੁਣ ਮੈਂ ਕੀ ਦੱਸਾਂ ਤੂੰ ਹੀ ਲੈਣੀਆਂ ਕਰਨੇ ਨੇ ਬਸ ਹੁਣ ਮੈਂ ਦੱਸੀ ਬੈਠਾ ਮੈਂ ਹੁਣ ਕੀ ਦੱਸਾਂ ਕੀ ਦੱਸਾਂ ਮੈਂ ਦੱਸ ਦੇ ਵਿਆਹ ਦੱਸ ਦੇ 100 ਬੱਕਰੀ ਇਕੱਠੀ ਕਰਨੀ ਹੈ ਕੋਈ ਚੱਕਰ ਉਹ ਨਹੀਂ ਨਾ ਸੋਚਦਾ ਬਾਈ ਨੇ ਨਾਲੇ ਮਿਸਾਲ ਦਿੱਤੀ ਆ ਵੀ ਭੁੱਸ ਪਾਉਣ ਦੀ ਆ ਹੋਰ ਐਗਜ਼ਾਮਪਲ ਦਿੱਤੀ ਆ ਹਾਂ ਦੂਜਾ ਅਗਲਿਆਂ ਨੂੰ ਵਾਧਾ ਹੋਵੇ ਫੇਰ ਮੈਂ ਆਪ ਕਹਣਾ ਵੀ ਭਰਾ ਆਪਣੇ ਵਾਧਾ ਕਰੇ 55,000 ਚ ਰੱਖ ਲੈ ਬੱਬਾ ਅੱਛਾ ਜੇ ਹਮ ਬਾਪ ਰੱਖਣੇ ਆਪਾਂ ਉਹਦੀ ਰੱਖ ਲੈ ਨਾ 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 ਕੋਈ ਚੱਕਰ ਰਹਿਣ ਦੇ ਫਿਰ ਫੜ ਰਹਿਣ ਦੇ ਚੱਲ ਬਸ ਸੁਣ ਫਿਰ ਮਨ ਗੱਲ ਨੂੰ ਨਵਾਂ ਬੰਦਾ ਕੋ ਮਾਰਨਾ ਨਾ ਮੈਂ ਆਪਾਂ ਮਾਰਨਾ ਹੀ ਗੱਲ ਆ ਤੂੰ ਵੀ ਉਹ ਮਾਰ ਰੱਖ ਲੈ ਰੱਖ ਲੈ ਆਖੇ ਲੈ ਨਾ 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 ਉਹ ਨਹੀਂ ਨਹੀਂ ਲੈ ਫੜ ਅੱਲਾ ਦਾ ਸੋਲੇ ਗੱਲ ਕਰੀਏ ਉਹ ਬੱਲੂ ਇੱਧਰ ਆ ਯਾਰ ਨਿੰਮੇ ਉਰੇ ਆ ਜਾ ਭਾਈ ਬਣ ਕੇ ਨਾਲ ਹੀ ਸੀ ਰਾਦਾ ਕੀ ਆਉਂਦ ਰਾ ਪਰ ਸਲਾਮ ਨੇ ਅੱਛਾ ਰਾਦਾ ਕੀ ਆਉਂਦ ਰਾ ਉਹ ਰਾਦਾ ਕੀ ਆਉਂਦ ਰਾ ਬਸ 60 ਤੋਂ ਅੰਦਰ ਆ ਜਾ ਯਾਰ ਬਾਲੀਆਂ ਗੱਲਾਂ ਤੋਂ ਅੱਛਾ ਹੁਣ ਤਾਂ ਸਾਰਾ ਕੁਝ ਅੰਦਰ ਆਪਾਂ ਮੈਂ ਤੁਮ ਦੱਸ ਦੇਗਾ ਕਰਦੇ ਚੱਲ ਆਪਾਂ ਕੋਈ ਚੱਕਰ ਨਹੀਂ 60 ਆਪਾਂ ਨਫਾ ਵੀ ਲੈਂਦੇ ਬਾਈਆਂ ਦੇ ਵਾਸਤੇ ਬਸ ਗਾਹਾਂ ਤੋਂ ਆਪਾਂ ਕਹਿ ਕੇ ਲੈ ਲਾਂਗੇ ਹੋਰ ਦੱਸ ਪੱਕੀ ਗੱਲ ਹੈ ਯਾਰ ਆਪਾਂ ਕਹੀ ਦਿੱਤਾ ਹੁਣ ਜਦੋਂ ਜਾਂ ਫਿਰ ਇੱਕ ਘੱਟ 60 ਦੀਆਂ ਹੋ ਗਈਆਂ ਨਾ ਨਾ ਪੂਰੇ ਦੀਆਂ ਕਰੂੰ ਮੈਂ ਮੇਰੀ ਗੱਲ ਹੁਣ ਲੈਂਦੇ 1000 ਤਾਂ ਛੱਡ ਦੇ ਫਿਰ 1000 ਛੱਡ ਲਿਖਾਈ ਕਰਾ ਦੂੰ ਮੈਂ 1000 ਛੱਡ ਲਿਖਾਈ ਮੈਂ ਕਰਾ ਦੂੰ ਲਿਖਾਈ ਮੈਂ ਕਰਾ ਦੂੰ ਨਿੰਮ ਨੂੰ ਪਤੀ ਲੈਤੀ ਨੇ ਸਾਰ ਪੱਕੀ ਉਹ 1060 ਦੀਆਂ ਪੂਰੀਆਂ ਉਹ ਕਹਿੰਦਾ ਕੋਈ ਆਈਆਂ ਗਈਆਂ ਦੱਸ ਨਿੰਮ ਉਹ ਵੀਰੇ ਉਹ ਪਸਲਾ ਨਾਲ ਤੇ ਮੈਂ ਨਿੰਮ ਇੱਕ ਘੱਟ ਕਹਿਦਾ ਯਾਰ ਹੁਣ ਦੱਸ ਕੋਈ ਗੱਲ ਨਹੀਂ ਮੈਂ ਕਰਾ ਦੂੰਗਾ 60 ਚ ਲਿਖਾਈ ਮੈਂ ਕਰਾ ਦੂੰ ਲਿਖਾਈ ਤੂੰ ਨਹੀਂ ਕਰਾ ਨਾ ਕਰਾ ਲਿਖਾਈ ਫੇਰ ਦੱਸ ਕੀ ਆ ਨਾ ਨਾ ਮੈਂ ਕਰਾਉਂਗਾ ਐਂ ਲਿਖਾਈ ਦੇ ਓਏ ਬੰਦਾ ਪੁੱਛ ਪਾਈਦਾ ਹੁੰਦਾ ਕਰਾ ਦੂੰਗਾ ਮੈਂ ਲਿਖਾਈ ਸਮਝਦਾ ਹੀ ਨਹੀਂ ਗੱਲ ਨੂੰ ਉਹਨੇ ਤੁਹਾਨੂੰ ਮਸਾਲ ਤੈਨੂੰ ਆਪ ਦਿੱਤੀ ਆ ਮੈਨੂੰ ਪਧੇਰ ਵਾਲੇ ਨੇ ਪੁੱਛ ਪਾਇਆ ਸੀ ਮੈਂ ਨੌਕਰੀ ਲੈ ਕੇ ਆਇਆ ਸੀ ਸਮਝਦਾ ਗਿਆ ਦੇਖ ਲੈ ਅੱਜ ਦੋ ਤੋਂ ਕਿੰਨੀਆਂ ਮੈਂ ਸਮਝਦਾ ਮੈਂ ਫਿਰ ਕਾਹ ਨੂੰ ਵੀ ਤਾਂ ਆਪਾਂ ਹੀ ਦੇਣੀ ਇਹਨਾਂ ਨੂੰ ਮੈਂ ਤੈਨੂੰ ਕਹਿੰਦਾ ਲਿਖਾਈ 400 ਮੈਂ ਕਰਾ ਦੂੰ ਹੁਣ ਮੈਂ ਕੀ ਕਰਾਂ ਹੁਣ ਬਸ ਸਾਡੇ ਠੀਕ ਆ ਚੱਲ ਮੈਂ ਕਰਾਂ ਹੋਰ ਨਿਬੜ ਗਿਆ ਜੀ ਆਹ ਦੋ ਬੱਕਰੀਆਂ ਦਾ ਸੌਦਾ ਹੋਇਆ ਸੀਗਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਹੈਗਾ ਇਹ ਆ ਬੱਕਰੀ ਦੇ ਨਾਲ ਇਹਦੇ ਮਗਰ ਜੀ ਆ ਦੋ ਬੱਚੇ ਨੇ ਤੇ ਆ ਗੱਬਣ ਹੈ ਜੀ ਆ ਗੱਬਣ ਹੈਗੀ ਹਾਂਜੀ ਬਾਈ ਤੇ ਤਨੌਲਾ ਮੰਡੀ ਹੈਗੀ ਇਹ ਨੋਟ ਕਰ ਲਓ ਵੀ ਬੁੱਧਵਾਰ ਨੂੰ ਲੱਗਦੀ ਹੈਗੀ ਕਿਸੇ ਤਰੀਕ ਦੇ ਵਿੱਚ ਨਹੀਂ ਲੱਗਦੀ ਦਿਨ ਬੁੱਧਵਾਰ ਪੱਕਾ ਨੋਟ ਕਰ ਲਓ ਹਰੇਕ ਬੁੱਧਵਾਰ ਹਰੇਕ ਬੁੱਧਵਾਰ ਬਾਈ ਛੰਨਾ ਰੋਡ ਤੇ ਲੱਗਦੀ ਹੈ ਹਰੇਕ ਬੁੱਧਵਾਰ ਨੂੰ ਲੰਗਰ ਪਾਣੀ ਦਾ ਖਾਸ ਪ੍ਰਬੰਧ ਹੁੰਦਾ ਹੈ ਕੋਈ ਐਂਟਰੀ ਫੀਸ ਨਹੀਂ ਲਈ ਜਾਂਦੀ ਇੱਥੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਹੁਣ ਮੰਡੀ ਨੂੰ ਰਿਸਪੌਂਸ ਬਾਈ ਤੁਸੀਂ ਦਿਖਾ ਦਿਓ ਇੱਕ ਵਾਰ ਹਾਂ ਆਲੇ ਦਾਲੇ ਦੇਖ ਲਓ ਬੋਲੇ ਤੋਂ ਹੋਰ ਫਰਕ ਹੁੰਦਾ ਦੇਖੇ ਤੋਂ ਹੋਰ ਪਤਾ ਲੱਗਦਾ ਹੈ ਸਹੀ ਗੱਲ ਆ ਵੀ ਬੋਲ ਕੇ ਕੁਝ ਹੋਰ ਹੁਣ ਮਹੀਨੇ ਬਾਅਦ ਮੰਡੀਆਂ ਦਾ ਕੰਮ ਦੁਬਾਰੇ ਖੁੱਲਿਆ ਜੀ ਇਹ ਪਹਿਲਾਂ ਬਜਾਈ ਚ ਕਿਸਾਨ ਵੀ ਸਾਰੇ ਬੱਕਰੀ ਪਾਲਕ ਵੀ ਆਪਣੇ ਦਿਹਾੜੀਦਾਰ ਬਾਈ ਹੈ ਨਾ ਸਾਰੇ ਬਿਜੀ ਸੀਗੇ ਜੀ ਹਾਂ ਹੁਣ ਵਿਆਹਾਂ ਦਾ ਵੀ ਦੌਰ ਹੈਗਾ ਸੀਜ਼ਨ ਆ ਵਿਆਹਾਂ ਕਰਕੇ ਤਾਂ ਸਮਝ ਸੇਲ ਵੱਧ ਹੁੰਦੀ ਹੈ ਜੀ ਠੀਕ ਹੈ ਵਿਆਹਾਂ ਚ ਹਨਾ ਵੱਧ ਲੋੜ ਹੁੰਦੀ ਹੈ ਬੱਕਰਿਆਂ ਬੁੱਕਰਿਆਂ ਦੀ ਬਾਕੀ ਉਹ ਵੀ ਕਿਸੇ ਦੇ ਪ੍ਰੋਗਰਾਮ ਆ ਗਿਆ ਤੇ ਬੱਕਰੇ ਖਰੀਦਣੇ ਨੇ ਹਾਂ ਉਹ ਮੰਡੀ ਤੇ ਆਓ ਜੀ ਕਾਟੂ ਮਾਲ ਵੀ ਵਧੀਆ ਮਿਲਦਾ ਇੱਥੇ ਸਹੀ ਗੱਲ ਹੁਣਾ ਬਾਈ ਨੇ ਆਪਣੇ ਬਾਹਰੋਂ ਆਏ ਨੇ ਠੇਕੇਦਾਰ ਸਾਹਿਬ ਉਹਨਾਂ ਨੂੰ ਲੈ ਕੇ ਦਿੱਤੀਆਂ ਨੇ ਦੋ ਬੱਕਰੀਆਂ ਉਹਨਾਂ ਨੇ ਦੋ ਬੱਕਰੀਆਂ ਲੈ ਕੇ ਦਿੱਤੀਆਂ ਨੇਗੀਆਂ ਤੇ ਮੰਡੀ ਤੁਹਾਡੇ ਸਾਹਮਣੇ ਪੂਰੀ ਵਧੀਆ ਭਰੀ ਹੋਈ ਆ ਬਾਕੀ ਜਿਉਂ ਜਿਉਂ ਸਮਾਂ ਵਧੀ ਜਾਂਦਾ ਰਸ ਬੱਕਰੀਆਂ ਆਈ ਜਾਂਦੀਆਂ ਨੇਗੀਆਂ ਵੇਚੀ ਜਾਂਦੇ ਨੇ ਵੀਰ
ਠੀਕ ਹੈ ਤੇ ਸ਼ਨੀਵਾਰ ਬੁੱਧਵਾਰ ਨੂੰ ਹਰੇਕ ਬੁੱਧਵਾਰ ਜੀ ਛੰਨਾ ਰੋਡ ਧਰੌਲਾ ਪਹੁੰਚਿਆ ਕਰੋ ਵੱਧ ਤੋਂ ਵੱਧ ਜੀ ਛੰਨਾ ਰੋਡ ਤੇ ਬੁੱਧਵਾਰ ਨੂੰ ਜੇ ਜ਼ਿਆਦਾ ਗੱਲਬਾਤ ਕਰਨੀ ਹੈ ਸਕਰੀਨ ਤੇ ਨੰਬਰ ਆ ਬਾਈ ਬੋਲੀ ਨੰਬਰ 90231 ਜੀ 00302 9200007 00302 ਬਾਈ ਜੇ ਕਿਸੇ ਨੂੰ ਨਗ ਵਗੈਰਾ ਚਾਹੀਦਾ ਤਾਂ ਦਬਾ ਵੀ ਦਿੰਦੇ ਹੋ ਹਾਂ ਜੀ ਦਬਾ ਵੀ ਦਿੰਦੇ ਹੈਗੇ ਕੋਈ ਆਪਾਂ ਕਿਸੇ ਤੋਂ ਕੋਈ ਦਲਾਲ ਕੀ ਕੁਛ ਨਹੀਂ ਜੀ ਕੋਈ ਖਰਚਾ ਨਹੀਂ ਆਪਣਾ ਆਪਾਂ ਹੈਲਪ ਫ੍ਰੀ ਕਰਦੇ ਹਾਂ ਜੀ ਅਗਲੇ ਦੀ ਠੀਕ ਹੈ ਹਾਂਜੀ ਹਾਂਜੀ ਔਰ ਜਿਹੜੀ ਬੱਕਰੀ ਗੱਬਣ ਗਏ ਕਿ ਆਪਾਂ ਦੇਤੀ ਉਹਦੀ ਗਾਰੰਟੀ ਹੋਊਗੀ ਪੂਰੀ ਗਾਰੰਟੀ ਹਾਂਜੀ ਪੂਰੀ ਗਾਰੰਟੀ ਹੋਊਗੀ ਇਹ ਨਹੀਂ ਹੈਗਾ ਵੀ ਨਾ ਨਾ ਜੀ ਜਮੀ ਨਹੀਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਨਿੰਮੇ ਲਓ ਬਾਈ